ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਸਰਕਾਰੀ ਜ਼ਮੀਨ ਉੱਤੇ ਖੇਤ ਮਜ਼ਦੂਰ ਝੁੱਗੀ ਬਣਾ ਕੇ ਰਹਿ ਰਹੇ ਸੀ, ਪਰ ਜ਼ਮੀਂਦਾਰ ਨੂੰ ਨਹੀਂ ਹੋਇਆ ਮਨਜ਼ੂਰ। ਪਰਿਵਾਰ ਨਾਲ ਕੀਤੀ ਗਈ ਕੁੱਟਮਾਰ, ਔਰਤ ਤੇ ਫਾੜੇ ਗਏ ਕੱਪੜੇ। ਇਹਨਾਂ ਨੇ ਜਦੋਂ ਫੜਿਆ, ਉਹਨਾਂ ਨੇ ਮੇਰੇ ਕੱਪੜੇ ਕੁੱਪੜੇ ਪਾੜੇ ਆ। ਉਹਨਾਂ ਮੈਂ ਮੋਬਾਈਲ ਲੁਕੋਇਆ ਵੀ, ਤਾਂ ਮੈਂ ਮੋਬਾਈਲ ਪਾ ਵੀ ਲਿੱਤਾ। ਉਹਨਾਂ ਨੇ ਕੱਪੜੇ ਪਾੜ ਕੇ ਉਹਨਾਂ ਨੇ ਮੋਬਾਈਲ ਕੱਢਣ ਦੀ ਵੀ ਕੋਸ਼ਿਸ਼ ਕੀਤੀ। ਉਹਨਾਂ ਨੇ ਸਾਰੇ ਕੱਪੜੇ ਪਾੜਤੇ ਸੀਗੇ ਮੇਰੇ। ਇਹ ਪੰਚਾਇਤੀ ਜਗ੍ਹਾ ਦੇ ਵਿੱਚ ਮੇਰੇ ਰਿਸ਼ਤੇਦਾਰ ਜੋ ਕਿ ਪਲਾਟਾਂ ਦੇ ਵਿੱਚ ਰਹਿ ਰਹੇ ਆ, ਮੈਂ ਉਹਨਾਂ ਕੋਲ ਪਿਛਲੇ ਦਿਨਾਂ ਤੋਂ ਕੁਛ ਦਿਨਾਂ ਤੋਂ ਰਹਿ ਰਿਹਾ ਸੀਗਾ। ਜੋ ਛਮਿੰਦਰਪਾਲ ਸਿੰਘ ਪਿੰਡ ਸੰਘੂ ਧੌਂ ਦੇ ਰਹਿਣ ਵਾਲਾ ਹੈ, ਇਹਨਾਂ ਨੇ ਕੱਲ੍ਹ ਆ ਕੇ ਸਾਡੇ 'ਤੇ ਹਮਲਾ ਬੋਲਿਆ ਜੀ। ਇਹਨਾਂ ਨੇ ਕੁੱਤਾ ਛੱਡਿਆ ਛਮਿੰਦਰਪਾਲਕਿਆਂ ਨੇ, ਉਹਨਾਂ ਨੇ ਛਮਿੰਦਰਪਾਲਕਿਆਂ ਨੇ ਕਾਪੇ ਲਿਆ ਕੇ ਸਾਡੇ 'ਤੇ ਵਾਰ ਕੀਤਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਹਾਂ ਗੁਰ ਪਿਆਰਿਓ, ਕੁਝ ਅਜਿਹਾ ਹੀ ਆਲਮ ਸ੍ਰੀ ਮੁਕਤਸਰ ਸਾਹਿਬ ਤੋਂ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਜ਼ਮੀਂਦਾਰ ਨੇ ਆਪਣਾ ਰੋਹ ਵਿਖਾਉਂਦਿਆਂ ਹੋਇਆਂ ਗਰੀਬਾਂ ਤੇ ਤਸ਼ੱਦਦ ਢਾਈ ਹੈ। ਖੇਤ ਮਜ਼ਦੂਰ ਨੇ ਪੰਚਾਇਤੀ ਜ਼ਮੀਨ ਉੱਤੇ ਝੁੱਗੀ ਬਣਾਈ ਸੀ, ਜਿਸ ਵਿੱਚ ਕੁਝ ਸਮਾਂ ਉਹ ਬਿਤਾ ਰਿਹਾ ਸੀ, ਪਰ ਇੱਕ ਜ਼ਮੀਂਦਾਰ ਪਰਿਵਾਰ ਵੱਲੋਂ ਇਸ ਖੇਤ ਮਜ਼ਦੂਰ ਦੀ ਪਹਿਲਾਂ ਤਾਂ ਬੁਰੀ ਤਰ੍ਹਾਂ ਨਾਲ ਮਾਰ ਕੁੱਟ ਕੀਤੀ ਗਈ। ਵੀਡੀਓ ਬਣਾ ਰਹੀ ਮਹਿਲਾ ਤੋਂ ਫੋਨ ਫੜ ਕੇ ਉਸਦੇ ਕੱਪੜੇ ਫਾੜੇ ਗਏ, ਉਸਦੇ ਨਾਲ ਵੀ ਬਦ ਸਲੂਕੀ ਕੀਤੀ ਗਈ। ਪਰ ਜਦੋਂ ਇਹ ਵੀਡੀਓ ਵਾਇਰਲ ਹੋ ਗਈ, ਪੁਲਿਸ ਅਤੇ ਪ੍ਰਸ਼ਾਸਨ ਤੱਕ ਇਹ ਸੁਨੇਹੇ ਪਹੁੰਚੇ, ਉਸ ਤੋਂ ਬਾਅਦ ਥਾਣਾ ਸਦਰ ਪੁਲਿਸ ਨੇ ਕਥਿਤ ਆਰੋਪੀਆਂ ਤੇ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜਿਸ ਦੇ ਵਿੱਚ SC ST ਐਕਟ ਦੇ ਤਹਿਤ ਇੱਕ ਔਰਤ ਦੇ ਮਾਨ ਸਨਮਾਨ ਨੂੰ ਰੌਂਦਣ ਦੀਆਂ ਸੰਗੀਨ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਜਵਾਹਰਵਾਲਾ ਪਿੰਡ ਜਿਹੀ ਇੱਕ ਹੋਰ ਘਟਨਾ ਨੂੰ ਰੋਕਣ ਵਾਸਤੇ DSP ਮੇਜਰ ਕ੍ਰਾਈਮ ਜਸਮੀਤ ਸਿੰਘ ਦੀਆਂ ਨੀਤੀਆਂ ਕਾਫੀ ਹੱਦ ਤੱਕ ਕਾਰਗਰ ਤੇ ਕਾਮਯਾਬ ਸਾਬਤ ਹੋ ਰਹੀਆਂ ਨੇ, ਕਿਉਂਕਿ ਸਮਾਂ ਰਹਿੰਦਿਆਂ ਹੀ ਪੁਲਿਸ ਵੱਲੋਂ ਕੀਤੀ ਗਈ ਉੱਤਮ ਕਾਰਵਾਈ ਤੇ ਇਲਾਕੇ ਵਿੱਚ ਮਾਹੌਲ ਤਣਾਅਪੂਰਨ ਹੋਣ ਤੋਂ ਪੁਲਿਸ ਨੇ ਬਚਾਇਆ, ਜਿਸ ਵਾਸਤੇ ਪੁਲਿਸ ਦੀ ਹਰ ਪਾਸੇ ਸਰਾਹਨਾ ਕੀਤੀ ਜਾ ਰਹੀ ਹੈ। ਮੈਂ ਚੱਕਬੀੜ ਸਰਕਾਰ ਦੇ ਰਹਿਣ ਵਾਲਾ ਜੀ, ਮੇਰਾ ਨਾਮ ਹਰਪਾਲ ਸਿੰਘ ਹੈ ਜੀ। ਸੱਟਾਂ ਕਿਵੇਂ ਲੱਗੀਆਂ ਤੁਹਾਡੇ? ਇਹ ਜੋ ਛਮਿੰਦਰਪਾਲ ਸਿੰਘ ਹੋਣੀ ਹੈ ਜੀ, ਛਮਿੰਦਰਪਾਲ ਸਿੰਘ ਹੋਣੀ ਹੈ, ਉਹਨਾਂ ਦੇ ਪਿਤਾ ਨਾਂ ਅਮਰਜੀਤ ਸਿੰਘ। ਮੈਂ ਕੁਛ ਦਿਨਾਂ ਤੋਂ ਆਪਦੇ ਰਿਸ਼ਤੇਦਾਰਾਂ ਦੇ ਕੋਲ ਰਹਿ ਰਿਹਾ। ਕਿਹੜੀ ਜਗ੍ਹਾ ਜੀ? ਪਿੰਡ ਸੰਘੂ ਧੌਣ। ਇਹ ਪੰਚਾਇਤੀ ਜਗ੍ਹਾ ਦੇ ਵਿੱਚ ਮੇਰੇ ਰਿਸ਼ਤੇਦਾਰ ਜੋ ਕਿ ਪਲਾਟਾਂ ਦੇ ਵਿੱਚ ਰਹਿ ਰਹੇ ਆ, ਮੈਂ ਉਹਨਾਂ ਕੋਲ ਪਿਛਲੇ ਦਿਨਾਂ ਤੋਂ ਕੁਛ ਦਿਨਾਂ ਤੋਂ ਰਹਿ ਰਿਹਾ ਸੀਗਾ। ਜੋ ਛਮਿੰਦਰਪਾਲ ਸਿੰਘ ਪਿੰਡ ਸੰਘੂ ਧੌਂ ਦੇ ਰਹਿਣ ਵਾਲਾ ਹੈ, ਇਹਨਾਂ ਨੇ ਕੱਲ੍ਹ ਆ ਕੇ ਸਾਡੇ 'ਤੇ ਹਮਲਾ ਬੋਲਿਆ ਜੀ। ਇਹਨਾਂ ਨੇ ਕੁੱਤਾ ਛੱਡਿਆ ਛਮਿੰਦਰਪਾਲਕਿਆਂ ਨੇ, ਉਹਨਾਂ ਨੇ ਛਮਿੰਦਰਪਾਲਕਿਆਂ ਨੇ ਕਾਪੇ ਲਿਆ ਕੇ ਸਾਡੇ 'ਤੇ ਵਾਰ ਕੀਤਾ ਜੀ। ਕਿੰਨੇ ਬੰਦੇ ਸੀ ਤੁਹਾਡੇ 'ਤੇ ਹਮਲਾ ਕਰਨ ਵਾਲੇ? ਇਹ ਸਰ 4 ਬੰਦੇ ਸੀਗੇ ਜੀ, ਛਮਿੰਦਰਪਾਲ ਸਿੰਘ, ਇਹਨਾਂ ਦਾ ਇੱਕ ਲੜਕਾ ਛਮਿੰਦਰਪਾਲ ਦਾ ਜੀ, ਇੱਕ ਬੂਟਾ ਸਿੰਘ, ਅਤੇ ਇੱਕ ਇਹਨਾਂ ਦਾ ਪਿਤਾ ਸੀਗਾ ਜਿਹੜਾ। ਇੱਕ ਲੇਡੀ ਹੈ ਜੀ ਦਾਖਲ ਹੋਈ, ਜੋ ਕਿ ਵੀਡੀਓ ਬਣਾ ਰਹੀ ਸੀਗੀ ਜਦੋਂ ਮੇਰੇ ਨਾਲ ਕੁੱਟਮਾਰ ਹੋ ਰਹੀ ਆ, ਵੀਡੀਓ ਬਣਾ ਰਹੀ ਹੈ ਜੀ। ਇਹਨਾਂ ਨੇ ਮੋਬਾਈਲ ਪਾਲਿਆ ਗਲਮੇ 'ਚ, ਇਹਨਾਂ ਦੇ ਗਲਮੇ ਦੇ ਵਿੱਚ ਹੱਥ ਪਾ ਕੇ ਜੋ ਬੂਟਾ ਸਿੰਘ ਆ, ਉਹਨਾਂ ਨੇ ਪਿੱਛੋਂ ਇਹਨਾਂ ਦੀਆਂ ਬਾਹਾਂ ਫੜੀਆਂ ਜੀ, ਅਤੇ ਇਹਨਾਂ ਦੇ ਜਿਹੜਾ ਅਮਰਜੀਤ ਦਾ ਮੁੰਡਾ ਛਮਿੰਦਰਪਾਲ ਦਾ, ਉਹਨੇ ਆ ਕੇ ਮੋਬਾਈਲ ਖਿੱਚਿਆ ਅਤੇ ਇਹਦੇ ਗਲਮੇ 'ਚੋਂ ਹੱਥ ਪਾ ਕੇ ਮੋਬਾਈਲ ਕੱਢਣ ਦੀ ਕੋਸ਼ਿਸ਼ ਕੀਤੀ। ਉਦੋਂ ਬਣਾਈ ਜਾਂਦੇ ਸੀਗੇ ਜੀ, ਜਦੋਂ ਸਾਨੂੰ ਦੇ ਸਕਦੇ ਹੋ ਜੀ ਨਿਊਜ਼ ਟੀਮ? ਅਸੀਂ ਭੇਜ ਦਿੱਤੀ ਹੈ, ਸਾਰੇ ਭੇਜੀ ਹੋਈ ਜੀ, ਸਾਨੂੰ ਤੁਹਾਨੂੰ ਵੀਡੀਓ ਦਿੱਤੀ ਹੋਈ ਹੈ ਜੀ। ਪਰ ਅਸੀਂ ਸਾਡੀ ਜਿਹੜੀ ਇਹਨਾਂ ਨਾਲ ਜੱਟਾਂ ਨਾਲ ਕੋਈ ਰੰਜਿਸ਼, ਇਹਨਾਂ ਦਾ ਕੋਈ ਉੱਥੇ ਲੈਣ ਨਹੀਂ ਦੇਣ ਨਹੀਂ ਜੀ। ਪਰ ਅਸੀਂ ਸਰਕਾਰ ਤੋਂ ਰਿਕੁਐਸਟ ਕਰਦੇ ਹਾਂ ਵੀ ਜਿਹੜਾ ਇਹਨਾਂ ਤੋਂ ਸਾਨੂੰ ਸ਼ਮਾਏਦਾਰਾਂ ਤੋਂ ਇਹ ਲੜਾਈ ਪੜ੍ਹਾਈ ਤੋਂ ਬਚਾਇਆ ਜਾਵੇ। ਸਾਨੂੰ ਇਹਨਾਂ ਤੋਂ ਖਤਰਾ ਥਾਣਾ ਸਦਰ ਦੇ ਵਿੱਚ, ਅਸੀਂ ਪਿਛਲੇ 15 ਦਿਨਾਂ ਤੋਂ
ਦਰਖਾਸਤਾਂ ਦੇ ਦਰਖਾਸਤਾਂ ਦੇ ਰਹੇ ਹਾਂ। ਅਸੀਂ 45 ਬੰਦਿਆਂ ਦੇ ਸੈਨ ਕਰਾ ਕੇ 4-5 ਦਿਨ ਹੋ ਗਏ ਆ। ਉਹਦੇ SHO ਸਾਹਿਬ ਨੂੰ ਮਿਲ ਕੇ SHO ਸਾਹਿਬ ਨੇ ਮਾਰਕ ਕੀਤੀ ਆ। 15-20 ਬੰਦੇ ਅਸੀਂ ਮਿਲੇ ਹਾਂ। ਅਸੀਂ ਦਰਖਾਸਤ ਦਿੱਤੀ ਹੈ ਵੀ ਸਾਨੂੰ ਇਹਨਾਂ ਬੰਦਿਆਂ ਤੋਂ ਖਤਰਾ ਸੀ, ਸਾਡਾ ਰਾਹ ਘੇਰਦੇ ਆ ਇਹ ਬੰਦੇ, ਪਰ SHO ਸਾਹਿਬ ਨੇ ਕੋਈ ਸਾਡੀ ਸੁਣਵਾਈ ਨਹੀਂ ਕੀਤੀ। ਅਸੀਂ ਸਰਕਾਰ ਨੂੰ ਰਿਕੁਐਸਟ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਇਹ ਜਿਹੜੇ ਪਲਾਟ ਹੈ ਗਰੀਬਾਂ ਨੂੰ ਕੱਟ ਕੇ ਦਿੱਤੇ ਜਾਣ, ਅਤੇ ਸਾਨੂੰ ਇਹਨਾਂ ਜਿਹੜੇ ਸਮਾਜਦਾਰ ਆ ਇਹਨਾਂ ਤੋਂ ਬਚਾਇਆ ਜਾਵੇ। ਲੜਾਈ ਪੜ੍ਹਾਈ ਤੋਂ ਸਾਨੂੰ ਖਤਰਾ, ਇਹਨਾਂ ਤੋਂ ਹਜੇ ਵੀ ਖਤਰਾ। ਕੀ ਨਾਮ ਹੈ ਅਤੇ ਕਿੱਥੋਂ ਦੇ ਰਹਿਣ ਵਾਲੇ ਹੋ? ਨਾਮ ਸੀਮਾ ਰਾਣੀ ਹੈ, ਸੰਗੂ ਤੋਂ ਦੇ ਰਹਿਣ ਵਾਲੇ ਹਾਂ। ਸੱਟਾਂ ਕਿਵੇਂ ਲੱਗੀਆਂ ਤੁਹਾਡੇ? ਸੱਟਾਂ ਜਿਵੇਂ ਵੀਡੀਓ ਬਣਾ ਰਹੀ ਸੀ, ਵੀਡੀਓ ਬਣਾ ਰਹੀ ਸੀ, ਉਹਨਾਂ ਨੇ ਜਦੋਂ ਆ ਕੇ ਪਿੱਛੋਂ ਅੱਗ ਫੜਿਆ, ਕਹਿੰਦੇ ਤੂੰ ਕਿਉਂ ਵੀਡੀਓ? ਜਸ਼ਪਿੰਦਰ ਪਾਲ ਨੇ, ਬੁੱਟੇ ਨੇ, ਜੈਲ ਨੇ ਅਤੇ ਯਾਦਵਿੰਦਰ ਨੇ, ਇਹਨਾਂ ਨੇ ਜਦੋਂ ਫੜਿਆ ਉਹਨਾਂ ਨੇ ਮੇਰੇ ਕੱਪੜੇ ਕੁੱਪੜੇ ਪਾੜੇ ਆ। ਉਹਨਾਂ ਮੈਂ ਮੋਬਾਈਲ ਲੁਕੋਇਆ ਵੀ, ਤਾਂ ਮੈਂ ਮੋਬਾਈਲ ਪਾ ਵੀ ਲਿੱਤਾ। ਉਹਨਾਂ ਨੇ ਕੱਪੜੇ ਪਾੜ ਕੇ ਉਹਨਾਂ ਨੇ ਮੋਬਾਈਲ ਕੱਢਣ ਦੀ ਵੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਰੇ ਕੱਪੜੇ ਪਾੜਤੇ ਸੀਗੇ ਮੇਰੇ। ਅਤੇ ਉਹਨਾਂ ਕੱਲ੍ਹ ਉਹਨਾਂ ਨੂੰ ਧੱਕੇ ਨਾਲ ਉੱਥੋਂ ਬਾਹਰ ਕੱਢਦੇ ਸੀਗੇ ਪਿੰਡ ਦੇ ਕੁਛ ਲੋਕ ਜੀ, ਇਹਦੇ ਉੱਤੇ ਉੱਥੇ ਉਹਨਾਂ ਦੇ ਤਕਰਾਰ ਹੋਇਆ, ਲੜਾਈ ਝਗੜਾ ਹੋਇਆ। ਇਹਦੇ ਵਿੱਚ ਇੱਕ ਹਰਪਾਲ ਸਿੰਘ ਅਤੇ ਇੱਕ ਸੀਮਾ ਰਾਣੀ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੋਈ ਸੀ ਸੱਟਾਂ ਲੱਗਣ ਕਰਕੇ। ਹਰਪਾਲ ਸਿੰਘ ਦੇ ਬਿਆਨ ਦੇ ਉੱਤੇ ਅਸੀਂ ਬਿਆਨ ਲਿਖ ਕੇ ਮੁਕਦਮਾ ਨੰਬਰ 114 2019 ਅਧੀਨ ਧਾਰਾ 354, 323, 324 IPC 3/4 SC ST ਐਕਟ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ ਦਰਜ ਕਰਕੇ, ਜਿਹੜੀ SC ਐਕਟ ਹੋਣ ਕਰਕੇ ਅਗਲੀ ਤਰਤੀ ਜਿਹੜੀ ਹੈ ਸਾਡੇ DSPD ਕਰ ਰਹੇ ਨੇ। ਇਹਦੇ ਵਿੱਚ ਅਸੀਂ ਇਹਦੇ ਵਿੱਚ ਇੱਕ ਬੰਦਾ ਜਿਹੜਾ ਹੈ ਅਮਰਜੀਤ ਸਿੰਘ, ਉਹਨੂੰ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਜਾਵੇ, ਮੁਕੱਦਮੇ ਦੀ ਅਗਲੀ ਤਰਤੀ ਜਾਰੀ। ਗੁਰਪਿਆਰੋ, ਪ੍ਰਵਾਸੀ ਮਜ਼ਦੂਰ ਪੰਜਾਬ ਦੇ ਵਿੱਚ ਆ ਕੇ ਮਜ਼ਦੂਰੀ ਕਰਦੇ ਨੇ, ਖੇਤਾਂ ਦੇ ਵਿੱਚ ਕੰਮ ਕਰਨ ਵਾਲੇ ਖੇਤਾਂ ਦੇ ਨੇੜੇ ਤੇੜੇ ਹੀ ਝੁੱਗੀਆਂ ਝੋਂਪੜੀਆਂ ਬਣਾ ਕੇ ਆਪਣਾ ਸਮਾਂ ਬਿਤਾਉਂਦੇ ਨੇ, ਅਤੇ ਜੇਕਰ ਕਿਸੇ ਮਜ਼ਦੂਰ ਨੇ ਕਿਸੇ ਸਰਕਾਰੀ ਜ਼ਮੀਨ ਉੱਤੇ ਆਪਣੀ ਝੁੱਗੀ ਬਣਾ ਕੇ ਕੁਝ ਸਮਾਂ ਬਿਤਾਉਣਾ ਵੀ ਚਾਹਿਆ, ਤਾਂ ਉਸ ਦੇ ਵਿੱਚ ਕਿਸੇ ਜ਼ਮੀਨਦਾਰ ਨੂੰ ਕੋਈ ਹੱਕ ਨਹੀਂ ਬਣਦਾ ਕਿ ਉਹਨਾਂ ਨਾਲ ਮਾਰਕੁੱਟ ਕੀਤੀ ਜਾਵੇ ਜਾਂ ਉਹਨਾਂ ਨੂੰ ਉਸ ਜ਼ਮੀਨ ਤੋਂ ਖਦੇੜਿਆ ਜਾਵੇ। ਹਾਂ, ਜੇਕਰ ਕੋਈ ਸਰਕਾਰੀ ਜ਼ਮੀਨ ਉੱਤੇ ਆਸ਼ੀਆਨਾ ਬਣਾ ਕੇ ਕੋਈ ਪੁੱਠੀ ਹਰਕਤ ਕਰਦਾ ਹੈ, ਗਲਤ ਹਰਕਤ ਕਰਦਾ ਹੈ, ਤਾਂ ਵੀ ਸਾਨੂੰ ਕਾਨੂੰਨ ਆਪਣੇ ਹੱਥ ਵਿੱਚ ਨਾ ਲੈਂਦਿਆਂ ਹੋਇਆ ਪੁਲਿਸ ਅਤੇ ਪ੍ਰਸ਼ਾਸਨ ਉਸਦੇ ਇਤਲਾਹ ਕਰਨੀ ਚਾਹੀਦੀ ਹੈ, ਅਤੇ ਪੁਲਿਸ ਅਤੇ ਪ੍ਰਸ਼ਾਸਨ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਆਪਣੇ ਹਿਸਾਬ ਦੇ ਨਾਲ ਕੰਮ ਕਰੇਗਾ। ਜਿਸ ਨੂੰ ਖਦੇੜਨਾ ਹੋਏਗਾ ਖਦੇੜੇਗਾ, ਜਿਸ ਨੂੰ ਰੱਖਣਾ ਹੋਏਗਾ ਰੱਖੇਗਾ, ਪਰ ਕਿਸੇ ਵੀ ਪਿੰਡ ਵਾਸੀ ਨੂੰ ਜਾਂ ਕਿਸੇ ਵੀ ਜ਼ਮੀਂਦਾਰ ਨੂੰ ਕੋਈ ਹੱਕ ਨਹੀਂ ਮਿਲਦਾ ਕਿ ਗਰੀਬ ਦੇ ਉੱਤੇ ਹੱਥ ਪਾਇਆ ਜਾਵੇ, ਕਿਸੇ ਦੀ ਧੀ ਭੈਣ ਦੀ ਪੱਤ ਰੋਲੀ ਜਾਵੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡਬਾਣੀ ਵਾਸਤੇ ਸ਼੍ਰੀ ਮੁਕਤਸਰ ਸਾਹਿਬ ਤੋਂ ਸੋਨੀ ਡੱਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।